ਦੋਵੇਂ ਏਡੇ ਚਵਲ ਵਾ, ਪਤਾ ਨਹੀਂ ਕਿੱਧਰ ਨੂੰ ਨਿਕਲ ਗਏ ਆ। ਉੱਤੋਂ ਰੋਟੀ ਟੁੱਕ ਦਾ ਟਾਈਮ ਹੋਇਆ ਈ, ਉਹ ਪਤਾ ਨਹੀਂ ਕਿੱਥੇ ਜਾ ਕੇ ਬੈਠੀ ਆ। ਨਾ ਆਪ ਘਰ ਇਹਨੇ ਬਹਿਣਾ ਤੇ ਨਾ ਇਹਨੇ ਉਹਨੂੰ ਸਮਝਾਉਣਾ ਵੀ ਟਾਈਮ ਨਾਲ ਘਰ ਬਹਿ ਕੇ ਤੇ ਕੋਈ ਕੰਮ ਧੰਦਾ ਕਰ ਲਿਆ ਕਰ। ਬੜੀ ਸੱਚੀ ਇਹਨਾਂ ਜਾਨ ਦੁਖੀ ਕੀਤੀ ਆ। ਪਤਾ ਨਹੀਂ ਵੀ ਇਹ ਕਿਹੜੀ ਮਿੱਟੀ ਦੇ ਦੋਵੇਂ ਜੀ ਬਣੇ ਆ। ਕਿਤੇ ਉਹਨੂੰ ਮਾਸਾ ਨਹੀਂ ਸਮਝਾਉਂਦਾ। ਮੈਨੂੰ ਕਾਹਦਾ ਪਤਾ ਹੋਣਾ, ਮੈਨੂੰ ਦੋਵੇਂ ਜੀ ਦੱਸ ਕੇ ਜਾਂਦੇ ਜਿੱਥੇ ਜਾਂਦੇ ਆ। ਜੇ ਉਹ ਘਰੋਂ ਜਾਂਦੇ ਜੇ ਪਤਾ ਨੀ ਲੱਗਦਾ ਕਿੱਥੇ ਲਾ ਪਤਾ ਹੋ ਜਾਂਦੇ ਆ। ਮੰਮੀ ਤੂੰ ਤਾਂ ਲਾਂਡਿਆ ਵੀ ਆ, ਜੇ ਅੱਜ ਕੰਮ ਡਿਆ ਵੀ ਮਾੜਾ ਮੋਟਾ ਕਰਨਾ ਉਹਦੇ ਸਿਰ ਦੇ ਵਾਲਾਂ ਨੂੰ ਪੈਂਦੀ। ਮੈਂ ਤੈਨੂੰ ਕਹਿੰਦਾ ਮੈਂ ਬਾਹਰ ਕਣਕ ਨੂੰ ਪਾਣੀ ਲਾਏ, ਉਧਰ ਗਿਆ ਵੇਖਣ। ਬਹੁਤਾ ਬੋਲਿਆ ਨਾ ਘਰ ਸਿਰ ਦੇ ਵਾਲਾਂ ਨੂੰ, ਮੈਂ ਪੈਣੀਆਂ ਪੈਣਾ ਨੀ ਗਾ। ਮੈਂ ਉੱਤੋਂ ਰੋਟੀ ਟੁੱਕ ਦਾ ਟਾਈਮ ਹੋਇਆ ਤੇ ਕਿੱਥੇ ਜਾ ਕੇ ਬੈਠੀ ਆ। ਨਾ ਉਹਨੂੰ ਸ਼ਰਮਣਾ ਜਾ, ਨਾ ਗੁੰਗੜਾ ਜਾ, ਤੂੰ ਉਹਨੂੰ ਕਿਤੇ ਕਹਿੰਦਾ ਵਾਲਾ ਸਮਝਾਉਂਦਾ ਵਾ। ਮੇਰੀ ਗੱਲ ਸੁਣ, ਜਦੋਂ ਮੈਂ ਇੱਥੋਂ ਗਿਆ ਵਾ ਉਦੋਂ ਮੈਨੂੰ ਕਹਿਣ ਡੀ ਕਿ ਮੈਂ ਲੱਗੀ ਆ ਸਬਜ਼ੀ ਸੁਬਜ਼ੀ ਬਣਾਉਣ, ਤੇ ਤੁਸੀਂ ਜਾਓ ਫੇਰਾ ਮਾਰੋ ਪਹਿਲੀ ਵਾਰ ਨੂੰ। ਆਹੋ ਆਉਂਦੀ ਹੋਣੀ ਆ ਵੀ ਇਹ ਜਾਵੇ ਤੇ ਮੈਂ ਵੀ ਛੇਤੀ ਨਾਲ ਘਰੋਂ ਨਿਕਲਣ ਵਾਲੀ ਬਣਾ। ਤੋ ਮੇਰੇ ਹਿਸਾਬ ਨਾਲ ਮੇਰੇ ਮਗਰ ਉਸੇ ਵੇਲੇ ਘਰੋਂ ਨਿਕਲ ਗਈ ਆ। ਖਾਲੀ ਮੈਂ ਰੋਟੀਆਂ ਪੱਕੀਆਂ, ਚੰਗਾ ਮੈਂ ਵੀ ਆਲੂ ਕੱਟ ਕੇ ਤੇ ਮੈਂ ਵੀ ਰਾਤ ਦੇ ਲੱਗੀ ਆ। ਮੈਨੂੰ ਪੇਕਾ ਨਹੀਂ ਹੈਗਾ ਕਿ ਮੈਂ ਘਰ ਘਰ ਬੁੱਢੇ ਬਾਰੇ ਹੁਣ ਕੰਮ ਦੇਣਾ ਵਾ। ਗਈ ਕਿੱਥੇ, ਕਿੰਨਾ ਘਰ ਗਈ ਆ ਪਤਾ ਕੋ? ਮੈਨੂੰ ਦੱਸ ਕੇ ਗਈ ਆ ਕਿ ਮੇਰੀ ਸਲਾਹ ਨਾਲ ਗਈ ਆ ਵੀ ਮੈਂ ਕਿੱਥੇ ਚੱਲੀ ਆ। ਅੱਗੇ ਅੱਗੇ ਉਹ ਤੇ ਮਗਰ ਮਗਰ ਤੂੰ ਚੱਲ ਜਾ ਘਰ, ਵੇਖਿਆ ਕਰ ਵੀ ਕਿੱਥੇ ਗਈ ਆ। ਓਹੋ, ਮੈਂ ਤਾਂ ਤੋਂ ਪਹਿਲਾਂ ਹੀ ਚੱਲ ਗਿਆ ਏ, ਮੈਨੂੰ ਕੀ ਪਤਾ ਨਾ ਘਰੋਂ ਚੱਲ ਜਾਣਾ। ਚੱਲ ਕੋਈ ਗੱਲ ਨੀ, ਅੱਜ ਇਹਨੂੰ ਆ ਲੈਂਦਾ ਮੈਂ ਕਰਦਾ ਇਲਾਜ। ਮੇਰੀ ਗੱਲ ਸੁਣ ਲੈ ਇੱਕ ਧਿਆਨ ਨਾਲ, ਜਦੋਂ ਮੈਂ ਇਹਨੂੰ ਬੋਲੂੰਗਾ ਜਾਵਾਂਗਾ ਉਹ ਕਰੂੰਗਾ ਨਾ, ਤੇ ਤੂੰ ਵਿੱਚ ਨਹੀਂ ਬੋਲਣਾ, ਇਹਦੇ ਵਾਲਾ ਚੁੱਕਦਾ ਡੰਡਾ ਅੱਜ। ਇੱਕ ਗੱਲ ਹੈਗੀ, ਉਹਦਾ ਇਲਾਜ ਕਰਦਿਆਂ ਕਰਦਿਆਂ ਮੈਨੂੰ ਲੱਗਦਾ ਤੂੰ ਆਪਣਾ ਹੀ ਉਹਦੇ ਕੋਲ ਕਰਾ ਲੈਣਾ ਵਾ। ਆਪਣਾ ਕਰਾ ਲੈਣਾ, ਕਰਦਾ ਨਾ ਇਲਾਜ ਤੇਰੇ ਸਾਹਮਣੇ ਵੇਖੀ ਫਿਰ, ਜੇ ਗੇਟੋਂ ਬਾਹਰ ਪੈਰ ਪਾਉ ਤੇ ਗੱਲ ਕਰੀ। ਆਹੋ ਤੂੰ ਬਹੁਤ ਹੈਗਾ ਵਾ ਨਾ ਇਲਾਜ ਕਰਨ ਵਾਲਾ, ਮੈਨੂੰ ਭੁਲੇਖਾ ਤੇਰਾ। ਜਿਹੜਾ ਉਹਨੂੰ ਕੋਈ ਗੱਲ ਕਹਿ ਦੋ ਤੇ ਮੱਚਣ ਬਹਿ ਦੇ ਨਾਲ ਹੀ ਆਪ। ਓਏ ਮੈਂ ਕੀ ਮੱਚਣਾ ਵਾ, ਮੈਂ ਤੈਨੂੰ ਕਦੋਂ ਮਾੜੀ ਚੰਗੀ ਕਹਿਤੀ ਉਹਦੇ ਖਿਲਾਫ? ਜਦੋਂ ਤੂੰ ਉਹਨੂੰ ਕੋਈ ਕਿਹਾ ਹੋਵੇ ਮੈਂ ਤੈਨੂੰ ਕਿਹਾ ਮੰਮੀ ਕਿਉਂ ਕਿਹਾ? ਜਾ ਭਰਾ, ਜੋ ਤੂੰ ਮਰਜ਼ੀ ਉਹਨੂੰ ਕਹਿ, ਉਹ ਤੈਨੂੰ ਕਵੇ ਮੈਨੂੰ ਕੀ ਲੋੜ ਤੁਹਾਡੀ ਕਿਸੇ ਗੱਲ 'ਚ ਆਉਣ ਦੀ, ਦਫਾ ਹੋਵੋ ਦੋਵੇਂ ਜਾਣੇ। ਚੱਲ ਠੀਕ ਹੈ, ਤੁਸੀਂ ਕਰੋ ਕੰਮ, ਕੋਈ ਨਹੀਂ ਅੱਜ ਇਹਨੂੰ ਸੱਦਣ ਨਹੀਂ ਜਾਣਾ, ਆਪੇ ਆਊਗੀ ਨਾ ਘਰ, ਤਾਂ ਅੱਜ ਨਾ ਮੈਂ ਘਰ ਦਾ ਲਾਏ ਦਾ ਤੋੜਦਾ ਲਾ ਕੇ ਨੇਦਾਂ ਨਹੀਂ ਹਟਣਾ। ਇਹਨੇ ਪਾਇਆ ਗੰਦ, ਰੋਜ਼ ਤੁਹਾਡੇ ਮੂੰਹ ਚੋਂ ਕੇ ਤੁਰ ਪੈਂਦੀ ਆ। ਭੁੱਲਿਆ ਮੈਨੂੰ ਲੱਕ ਤੋੜਨ ਵਾਲਾ, ਤੜਾ ਕੇ ਭਾਵੇਂ ਆਪਣਾ ਬਹਿ ਜੇ। ਰਾਜਵਿੰਦਰ ਕਿੱਦਾਂ ਆਉਣੇ ਹੋਏ ਅੱਜ? ਏਦਾਂ ਹੀ ਬਸ ਘਰੋਂ ਕੰਮ ਕੁੰਮ ਨਿਬੇੜੇ। ਮੈਂ ਚਲੋ ਘੜੀ ਵੀ ਨਿਕਲ ਜਾਂਦੀ ਹਾਂ, ਬੜੇ ਦਿਨ ਹੋ ਗਏ ਮੈਂ ਗੇੜਾ ਹੀ ਨਹੀਂ ਮਾਰਿਆ। ਇੱਦਾਂ ਮੈਂ ਵੇਖਿਆ ਗਲੀ ਦੇ ਵਿੱਚ ਤੇਰੀ ਨਨਾਣ ਤਾਂ ਤੁਰੀ ਰਹਿੰਦੀ ਰੋਜ਼। ਨਨਾਣ ਮੇਰੀ ਤਾਂ ਤੁਸੀਂ ਛੱਡ ਦਿਓ ਗੱਲਾਂ, ਉਹ ਤਾਂ ਮਹੀਨਾ ਨਹੀਂ ਪੈਣ ਦੇਣੀ ਤਾਂ ਆਟਾ ਵਿਕਦੀ ਆ, ਪਤਾ ਹੀ ਆ ਬਾਕੀ ਤੁਹਾਨੂੰ। ਮੈਂ ਤਾਂ ਵੇਖਿਆ ਮੈਂ ਤੁਰੀ ਰਹਿੰਦੀ ਹੁੰਦੀ ਵੇਲੀ ਹੈ। ਉਹਨੂੰ ਕਿਹੜਾ ਕੋਈ ਘਰੇ ਕੰਮ ਕਾਜ ਆ, ਇੱਥੇ ਆਣੀ ਕਹਿੰਦੇ ਚੋਦਰਾਂ ਪਾਉਣੀਆਂ ਹੁੰਦੀਆਂ, ਆਣ ਕੇ ਲੜਾਈ ਝਗੜਾ ਕਰਨਾ ਵਾ। ਕਰਨਾ ਕੀ ਆ, ਜਦੋਂ ਕੋਈ ਮਹੀਨਾ ਆਉਂਦਾ ਵਾ ਆ ਜਾਂਦੀ ਆ, ਤਾਂ ਸਾਡੀ ਮੰਮੀ ਦੀ ਆਦਤ ਵੀ ਪਤਾ ਹੀ ਆ, ਆ ਚਾਚੀ ਨੂੰ ਵੀ ਪਤਾ ਹੀ ਆ, ਕੁੜੀ ਦੇ ਹੱਥ 'ਚ ਦੇ ਦੇਣਾ ਵਾ। ਜਦੋਂ ਅਸੀਂ ਘਰੇ ਪੈਸਾ ਧੇਲਾ ਕੋਈ ਮੰਗਣਾ, ਉਦੋਂ ਕੋਈ ਨਿਕਲ ਲੈਣੀ ਕਹਿਣਾ ਹੈ ਨਹੀਂ ਗੇ। ਨਹੀਂ ਏਦਾਂ ਨਹੀਂ ਚਾਹੀਦਾ ਚਾਚੀ ਜੀ ਨੂੰ ਕਿ ਜਦੋਂ ਕੁੜੀ ਆਉਂਦੀ ਤਾਂ ਉਹਦੇ ਹੱਥ 'ਚ ਦੇ ਦੇ। ਇਹਦੀ ਸੱਸ ਦੀ ਵੀ ਇਸ ਤਰ੍ਹਾਂ ਦੀ ਆਦਤ ਆ, ਜਦੋਂ ਉਹਨੇ ਆਉਣਾ ਬਸ ਉਹ ਮਹੀਨਾ ਪੈ ਜਾਣਾ ਵਾ, ਉਹਨੂੰ ਪਤਾ ਵਾ ਕਿ ਤਨਖਾਹ ਮਿਲਣ ਵਾਲੀ ਆ। ਚੱਲ ਏਦਾਂ ਨਹੀਂ ਚਾਹੀਦਾ ਚਾਚੀ ਜੀ ਨੂੰ। ਹਾਂ ਹਿਸਾਬ ਕਿਤਾਬ ਏਦਾਂ ਦਾ ਮੰਮੀ ਸਾਡੀ ਦਾ, ਅਸੀਂ ਜਦੋਂ ਕਿਤੇ ਅਸੀਂ ਕਹਿ ਦੇਣਾ ਨਾ ਦੋਵਾਂ ਘਰਾਂ ਨੇ ਵੱਡਿਆਂ ਨੇ, ਚਾਹੇ ਅਸੀਂ ਉੱਧਰ ਹੀ ਸਾਡੇ ਘਰ ਲੜਾਈ ਪੈ ਜਾਣੀ ਆ, ਚਾਹੇ ਮੰਮੀ ਨੇ ਆਪ ਚੱਲ ਜਾਣਾ ਆਨੇ ਬਣੇ, ਚਾਹੇ ਦੀਦੀ ਨੇ ਆ ਜਾਣਾ ਵਾ, ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਬਸ। ਤੂੰ ਪੁੱਛਿਆ ਕਰਨਾ ਚਾਚੀ ਜੀ ਨੂੰ ਵੀ ਤਨਖਾਹ ਕਿੱਥੇ ਜਾਂਦੀ। ਆਹ ਕੁਛੀ ਦਾ ਦੱਸੀ ਹੈਗਾ ਵਾ ਵੀ ਤੁਹਾਡੀ ਪੈਨਸ਼ਨ ਕਿੱਥੇ ਜਾਂਦੀ, ਜਾਂ ਪੈ ਗਈ ਦਾ ਐਸਾ ਠੇਕਾ ਲੈਣੇ ਕਿੱਥੇ ਜਾਂਦਾ। ਤੇ ਮੰਮੀ ਕਹਿੰਦੀ ਮੇਰੇ ਨੀ ਖਰਚੇ, ਨਾ ਤੁਹਾਡੇ ਸਾਹਮਣੇ ਸਾਡੀ ਮੰਮੀ ਨੇ ਲੈਣਾ ਕੋਈ ਕੱਪੜਾ ਲੀੜਾ,
ਨਾ ਕੋਈ ਦਵਾਈ ਦਾਰੂ, ਉਹ ਅਸੀਂ ਦੋਵਾਂ ਘਰਾਂ ਨੇ ਕਰਨਾ ਵਾ ਤੇ ਹਿੱਸਾ ਠੇਕਾ ਬਰਾਬਰ ਲੈਣਾ ਵਾ। ਨਾ ਨਾ ਇਹ ਗੱਲ ਗਲਤ ਵਾ ਚਾਚੀ ਜੀ ਵਾਸਤੇ, ਕੀ ਕਰੀਏ ਹੁਣ, ਕਹਿ ਕੇ ਵੇਖ ਲਿਓ ਕਦੇ ਤੁਸੀਂ, ਤੁਹਾਨੂੰ ਦੱਸਣਗੇ ਪਤਾ ਚੰਗੀ ਤਰ੍ਹਾਂ ਹੀ। ਅਸੀਂ ਤਾਂ ਬੜੀ ਵਾਰੀ ਕਹਿ ਗਿਆ ਸਮਝਾ ਲਿਆ, ਅਸੀਂ ਤਾਂ ਹੁਣ ਕਹੀ ਦਾ ਹੀ ਨੀਗਾ। ਆਉਂਦੀ ਆ ਤੇ ਕਦੀ ਉਹਨੂੰ ਬਾਜ਼ਾਰ ਲੈ ਜਾਂਦੀ, ਖਰਚ ਵੱਚ ਕੇ ਤੇ ਚੱਲ ਜਾਂਦਾ। ਉਹ ਹੀ ਪੈਸੇ ਜਿਹੜੇ ਆ ਬੈਂਕ ਦੇ ਵਿੱਚ ਜਮ੍ਹਾਂ ਕਰਾਇਆ, ਕੱਲ ਹੀ ਇਹਨਾਂ ਦੇ ਕੰਮ ਆਉਣਗੇ। ਚਾਚੀ ਇੰਨਾ ਕਿੱਥੋਂ ਸੋਚਦੀ ਆ, ਅਸੀਂ ਹੁਣ ਬੋਰ ਹੀ ਕਰਾਉਣਾ ਸੀ ਤੇ ਅਸੀਂ ਦੋਵਾਂ ਘਰਾਂ ਨੇ ਪੈਸੇ ਮੰਗੇ ਵੀ ਚੱਲ ਮੰਮੀ ਤੂੰ ਵੀ ਹਿੱਸਾ ਆਪਣਾ ਕੱਢਿਆ ਹੀ ਆ, ਚੱਲ ਜ਼ਿਆਦਾ ਨੀ ਤੇ ਰੁਪਈਆ 2000 ਹੀ ਦੇ ਦੇ, ਪਰ ਨਾ ਪੈਰਾਂ ਦੇ ਪਾਣੀ ਨੀ ਪੈਣ ਦਿੱਤਾ। ਮੈਂ ਨੀ ਕਹਿੰਦੀ ਪੈਸੇ ਦੇਣੇ, ਮੇਰੇ ਵੱਲੋਂ ਬੋਰ ਕਰਾਉਣਾ ਕਰਾਓ, ਨਹੀਂ ਕਰਾਉਣਾ ਤੇ ਨਾ ਕਰਾਓ। ਜੇ ਆਉਂਦੀ ਆ ਦੀਦੀ ਜੇ ਕਿਤੇ ਨਾ ਪੁੱਛੋ ਦੱਸੋ, ਅਬਲ ਤਾਂ ਪੁੱਛੀ ਦੱਸੀਦਾ ਹੀ ਆ, ਝੂਠਾ ਸੱਚਾ ਪੁੱਛਣਾ ਹੀ ਪੈਂਦਾ। ਫੇਰ ਕਹਿਣਾ ਮੇਰੇ ਭੈਣ ਭਰਾ ਨੂੰ ਪੁੱਛਦੇ ਨੀ, ਮੇਰੀ ਧੀ ਆਉਂਦੀ ਮਥੇਰੇ ਵੱਟ ਪਾਉਂਦੀਆਂ ਐ ਵਾ ਤੇ ਜੋ ਵਾ ਆਪਣੇ ਪੇਕਿਆਂ ਨੂੰ ਪੁੱਛਦੀਆਂ, ਤੇ ਫਿਰ ਕਿਹੜੇ ਮੂੰਹ ਨਾਲ ਪੁੱਛੀਏ। ਗੁੱਸਾ ਚੜ ਜਾਂਦਾ ਵੇਖ ਕੇ ਵੀ ਇਹ ਜਿਹੜੇ ਕੰਮ ਆਉਂਦੀ ਓਦਾਂ ਤਾਂ ਆਉਂਦੀ ਆ, ਓਦਾਂ ਤੇ ਕਦੀ ਉਹਨੇ ਸਾਨੂੰ ਫੋਨ ਕਰਕੇ ਰਾਜੀ ਖੁਸ਼ੀ ਵੀ ਨੀ ਪੁੱਛੀ ਵੀ ਹੈਗੇ ਆ ਨਹੀਂ ਹੈਗੇ। ਚਲਦੀ ਆ ਮੈਂ ਹੁਣ, ਅੱਛਾ ਜਾ ਕੇ ਵੇਖਾਂਗੇ ਸਬਜ਼ੀ ਭਾਜੀ, ਜੇ ਸੇਧਾ ਆ ਗਿਆ ਤਾਂ ਮੈਂ ਦੌੜ ਲਵਾ ਦੇਣੀ। ਮੈਂ ਜਾ ਕੇ ਕੀ ਕਰਨਾ ਜਾ ਕੇ, ਹੁਣ ਮੈਂ ਵੀ ਚੱਲਾਂ ਫਿਰ, ਮੈਂ ਵੀ ਜਾ ਕੇ ਤੇ ਕੋਈ ਰੋਟੀ ਪਾਣੀ ਬਣਾਈ ਆ। ਹਾਂ ਚੱਲੀ ਹੁਣ ਸਾਰੇ ਬਣਾਉਂਗੇ ਇੱਥੇ। ਚਲੋ ਅੱਜ ਤਾਂ ਸਾਰਾ ਦਿਨ ਇੱਥੇ ਹੀ ਲੰਘ ਗਿਆ, ਜੇ ਮੈਂ ਬਹਿ ਜਾਓ ਚਾਰ ਜੀ ਇਕੱਠੇ ਹੋ ਕੇ ਗੱਲਾਂ ਬਾਤਾਂ ਹੀ ਮੁੱਕਦੀਆਂ। ਕਿਹੜਾ ਸਬਜ਼ੀ ਤੇ ਆਉਣਾ ਹੁੰਦਾ, ਕਿਹੜਾ ਰੋਜ਼ ਆਉਣਾ ਹੁੰਦਾ ਵਾ। ਚਲੋ ਚੰਗਾ ਦੀਦੀ ਫਿਰ। ਚੰਗਾ ਵਾਹਿਗੁਰੂ ਲੈ ਆ। ਹਾਲੋ ਸੁਣੋ, ਜਿਹੜੇ ਕੰਮ ਗਏ ਸੀ ਹੋ ਗਿਆ ਕੰਮ ਵਾਲਾ? ਪਾਣੀ ਦੇ ਪੀ ਲੈਂਦੇ। ਹੁਣ ਮੇਰੀ ਇੱਕ ਗੱਲ ਸੁਣ ਲਓ ਧਿਆਨ ਨਾਲ। ਹਾਂ, ਜਿਹੜੇ ਹੁਣ ਪੈਸੇ ਜਮ੍ਹਾਂ ਕਰਾਏ ਆ ਨਾ, ਕਿਤੇ ਰੌਲਾ ਨਾ ਪਾਉਂਦੇ ਫਿਰੋ, ਕਦੀ ਮੰਮੀ ਲੱਗ ਗਈ ਤੇ ਕਦੀ ਸ਼ੇਰੇ ਲੱਗ ਗਏ, ਜਦੋਂ ਵੀ ਲੋੜ ਪੈਂਦੀ ਉਸੇ ਵੇਲੇ ਮੰਗ ਲੈਂਦੇ ਆ। ਫਿਰ ਇਹ ਗੱਲ ਤੁਹਾਨੂੰ ਮੈਂ ਕਹਿਣੀ ਕਿ ਜਨਾਨੀਆਂ ਨੇ ਢਿੱਡ 'ਚ ਗੱਲ ਘੱਟ ਹੀ ਪਾਈਦੀ ਹੁੰਦੀ ਆ, ਲੜਾਈ ਪੈ ਜਾਣੀ ਰੋਟੀ ਖਾਣੀ ਉਹਨੇ ਵੀ ਖਾਣੀ ਹੈ। ਉਹਦਾ ਤੇ ਆਪਣਾ ਦਿਮਾਗ ਇਦਾਂ ਦਾ ਹੀ ਆ, ਉਹਨੂੰ ਪਤਾ ਨੀ ਟਾਈਮ ਕੀ ਹੈ ਟੇਬਲ ਕੀ ਆ। ਕਦੀ ਕਿਤੇ ਬਹਿ, ਕਦੀ ਕਿਤੇ ਬਹਿ, ਗਲੀਆਂ 'ਚ ਖਲੋ ਖੋ ਗੱਲਾਂ ਕਰਦੀ ਆ। ਸਿਆਣੇ ਪੈਣੇ ਬੰਦੇ ਲੰਘਦੇ ਆ, ਕਈਆਂ ਨੇ ਮੈਨੂੰ ਲਾਮੇ ਦਿੱਤੇ ਜਦੋਂ ਮੈਂ ਗੁਰਦੁਆਰੇ ਜਾਂਦੀ ਹਾਂ। ਉਹ ਜੀਤੇ ਦੀ ਮਾਂ ਨੇ ਮੈਨੂੰ ਸਵੇਰੇ ਟੱਕਰ ਗਈ ਮਨੇਰੇ, ਮੈਂ ਆਂਦੀ ਮੁੰਡਿਆ ਆਪਣੀ ਭਰਜਾਈ ਨੂੰ ਸਮਝਾਇਆ ਕਰ ਕੋ, ਮੈਂ ਚਾਚੀ ਕੀ ਗੱਲ ਹੋਈ ਆ, ਉਹ ਸਾਰੀ ਦਿਨ ਫਿਰਦ ਨਿਕਲੀ ਰਹਿੰਦੀ ਆ। ਮੈਂ ਉਹਦੇ ਇਹਨਾਂ ਦਿਨਾਂ ਦਿਮਾਗ 'ਚ ਮੁਸੇ ਪਾਈ ਗੱਲ ਇੱਕ ਗੱਲ ਕਹਿ ਆਉਣੀ ਕਿ ਫਿਰ ਨਿਕਲੀ ਰਹਿੰਦੀ ਸੱਸ ਹੈਗੀ ਜੀ ਉਹ ਸਬਜ਼ੀ ਭਾਜੀ ਬਣਾਉਣ ਨੂੰ, ਕਦੀ ਆਟਾ ਗੁੰਨਦਾ ਤੇ ਕਦੀ ਸਬਜ਼ੀ ਬਣਾਤੀ, ਉਹਦੇ ਢੱਕਣ ਢੱਕਦੀ ਰਹਿੰਦੀ ਮਾਤਾ। ਮੇਰਾ ਪਤਾ ਨਹੀਂ ਕਿਵੇਂ ਮੂੰਹ ਬੰਦ ਰਿਹਾ, ਪਹਿਲਾਂ ਮੈਂ ਲੱਗਾ ਕਰਨ ਕਿ ਫਿਰ ਲੈਂਦੇ ਤੂੰ ਨਹੀਂ ਦਿੰਦੀ ਜੇ ਤੇਰੇ ਘਰ ਆ ਜਾਂਦੀ ਹੈ, ਤੂੰ ਵੀ ਸਵਾਦ ਲੈਂਦੀ ਗੰਨਾ ਦੇ ਉਹਦੇ ਨਾਲ। ਸਵਾਦ ਲੈਂਦੀ ਕਿ ਬਥੇਰੀ ਵਾਰੀ ਇਹਨਾਂ ਨੂੰ ਕਿਹਾ ਵਾ ਵੀ ਜਦੋਂ ਆਉਂਦੀ ਹੁੰਦੀ ਨਾ ਤੁਰੀ ਫਿਰਦੀ ਗਲੀ 'ਚ ਤੇ ਆਪਣੇ ਘਰ ਤਾਲਾ ਮਾਰ ਲਿਆ ਕਰੋ, ਉਹ ਕਹਿੰਦੀਆਂ ਆਪਣੀ ਬੁੱਢੀ ਤਾਂ ਕੁਛ ਸੰਭਾਲੀ ਨਹੀਂ ਜਾਂਦੀ ਤੇ ਤਾਲਾ ਅਸੀਂ ਕਿੱਦਾਂ ਮਾਰ ਲਈਏ। ਉਹ ਲੋਕੀ ਅੱਗੇ ਤਮਾਸ਼ਾ ਵੇਖਦੇ, ਇਹਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਜਨਾਨੀ ਦਾ ਕਿ ਮੈਂ ਆਪਣੇ ਘਰ ਬਵਾਂ ਆਪਣਾ ਘਰ ਦਾ ਕੰਮ ਕਰਾਂ।
ਬਸ ਫਿਰ ਨਾ ਨਿਕਲ ਹੀ ਰਹਿੰਦੀ ਨਾ ਨਹਾਉਂਦਾ ਪਤਾ ਨਾ ਕੋਈ ਗੱਲ ਨਾ ਬਾਤ ਮੈਂ ਕਹਿੰਦੀ ਆ ਤੇ ਕਿਹੜਾ ਵੇਲਾ ਹੋਇਆ 6 ਵਜਣ ਦੇ ਸ਼ਾਮਾਂ ਦੇ ਤੇ ਇਹ ਨਿਕਲੀ ਆ ਇਹਨੇ ਵੇਖੋ 7:30 ਜਾਂ 7 ਵਜੇ ਘਰ ਵੜਨਾ ਵਾ ਤੇ ਉਧਰੋਂ ਉਹ ਵੀ ਬੜਾ ਗੁੱਸੇ 'ਚ ਮੈਂ ਵੇਖਿਆ ਵਾ ਤਮਾਸ਼ਾ ਕਾਹਦਾ ਇਹਨੂੰ ਕਿੱਦਾਂ ਅਕਲ ਆਊਗੀ ਇੱਦੀ ਨਾਲ ਕਿੱਦਾਂ ਕਿਸੇ ਦੇ ਘਰ ਚ ਫੇਰੀਦਾ ਅਕਲ ਇੱਕੋ ਵਾਰੀ ਨੀ ਅਗਲੇ ਨੂੰ ਦਈਦੀ ਅਕਲ ਉਹਨੂੰ ਏਦਾਂ ਹੀ ਦਈਦੀ ਜੇ ਅਗਲੇ ਨੂੰ ਥੋੜਾ ਬਹੁਤ ਸਮਝਾਉਂਦੇ ਰਹੀਦਾ ਹਰੀ ਦਾ ਵਾ ਮੰਮੀ ਤੂੰ ਸਾਡੀ ਗੱਲ ਚ ਬੋਲੀ ਨਾ ਚੁੱਪ ਕੀਤੀ ਰਹਿ ਮੈਨੂੰ ਗੇਟ ਬੰਦ ਕਰ ਆਉਂਦੇ ਜਗਾ ਮੈਂ ਚੁੱਪ ਹੀ ਕੀਤੀਆਂ ਤੂੰ ਤਮਾਸ਼ਾ ਨਾ ਲਾਵੀ ਤੇ ਮੋੜ ਪਾ ਦਿੰਦਾ ਕੋਈ ਤਮਾਸ਼ਾ ਨਹੀਂ ਲੱਗਦਾ ਆਰਾਮ ਨਾਲ ਬਹਿ ਜਾ ਮੈਨੂੰ ਗੇਟ ਬੰਦ ਕਰ ਆਉਂਦੇ ਰਹਿ ਕੇ ਗੇਟ ਵੱਡਾ ਹੀ ਬੰਦ ਕਰਨ ਚੱਲਿਆ ਵਾ ਓਦਾਂ ਨੂੰ ਕੋਈ ਸਮਝਾ ਨਹੀਂ ਸਕਦਾ ਤੇ ਇੱਕ ਵਾਰੀ ਲੱਗਾ ਹੁਣ ਬਾਲਾ ਕੱਢਣ ਮੰਮੀ ਨੇ ਪਤਾ ਨੀ ਕਿਹੜੇ ਮੂੰਹ ਬੋਲਣਾ ਹੁਣ ਚੰਗੀ ਮੇਰੀ ਨੇਰੀ ਲਿਆਉਣਗੇ ਇਹਨਾਂ ਨੇ ਤੇ ਗੇਟ ਹੀ ਮਾਰ ਲਿਆ ਭਲਾ ਬੰਦਾ ਪੁੱਛੇ ਇਹਨਾਂ ਨੂੰ ਨੀ ਪਤਾ ਕੀ ਮੈਂ ਬਾਹਰ ਹਾਂ ਕਿੱਡਾ ਕੁੰਡੂ ਠੋਕਤਾ ਬੰਦਾ ਪੁੱਛੇ ਇਹਨਾਂ ਨੂੰ ਨੀ ਪਤਾ ਲੱਗਦਾ ਕਿ ਮੈਂ ਬਾਹਰ ਹਾਂ ਮੈਂ ਘਰੇ ਆਉਣਾ ਵਾਂ ਐਡਾ ਕੁੰਡੂ ਟਾਈਮ ਨਾਲ ਠੋਕ ਲਿਆ ਤੇਰਾ ਹਨੇਰਾ ਬੜਾ ਹੋ ਗਿਆ ਵੀ ਕੀ ਕਰਨ ਮੈਂ ਤੇ ਮਹਿੰਦੀ ਦੇ ਚੱਕਰ ਦੇ ਵਿੱਚ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਦੋਂ ਹਨੇਰਾ ਹੋ ਗਿਆ ਬਾਹਰ ਉੱਥੇ ਗੱਲੀ ਲੱਗ ਗਈ ਆ ਬੂਹਾ ਖੋਲ ਲੋ ਮੰਮੀ ਸ਼ੇਰੇ ਓਏ ਆ ਗਿਆ ਹੌਸਲਾ ਕਰ ਲਾ ਹੁਣ ਲੱਗ ਗਿਆ ਮੈਡਮ ਦਾ ਟਾਈਮ ਆਉਂਦਾ ਟਾਈਮ ਦਾ ਕੀ ਮਤਲਬ ਆਦਾ ਮੈਂ ਘਰੇ ਨਹੀਂ ਹੋਣਾ ਹੀ ਤੁਹਾਨੂੰ ਪਤਾ ਮੈਂ ਕਹੀ ਹਾਂ ਤਾਂ ਘਰੇ ਹੋਣਾ ਹੀ ਆ ਚਲ ਆ ਜਾ ਚਲ ਨਾ ਚਲ ਰੋ ਜੈਕ ਮਿੰਟ ਤੇਰਾ ਤਾਸੀ ਦਮਾ ਆ ਜਾ ਹੈ ਜੈਕ ਜੈਕ ਮਾਰ ਛੱਡਣੀ ਆ ਤੁਹਾਡੀ ਰੋਜ਼ ਦਿਹਾੜੀ ਨੂੰ ਜਿਹੜੀ ਬੋਲੀ
ਰੋਜ਼ ਦਾ ਚਾਮਾ ਤੇਰਾ ਵੀ ਤੂੰ ਕਿਹੜੀ ਆਖੇ ਲੱਗਦੀ ਆ ਚੁੱਪ ਕਰ ਦੇ ਰੋਈ ਜਾ ਰਹੀ ਹੂੰ ਨਹੀਂ ਆ ਗਈ ਬੜੀ ਵਧੀਆ 6 ਵਜੇ ਫੇਰ ਕੋਮਲਾ ਚੁੱਕ ਕੇ ਗਈ ਮੈਂ ਵੇਖੀ ਤੇ ਹੈਗੀ ਆ ਪਰ ਮੈਂ ਕਿਹਾ ਨੀ ਕੋ ਮੈਂ ਫੇਰ ਆਪ ਮੈਨੂੰ ਮਗਰੋਂ ਆਵਾਜ਼ ਮਾਰੀ ਯਾਰ ਉਹ ਦਿਮਾਗ ਕੰਮ ਕਰਦਾ ਤੇ ਕੀ ਕਰੀਏ ਦਾਲ ਸਬਜ਼ੀ ਤੇਰੇ ਘਰ ਦੀ ਕੋਈ ਬਣੀ ਆਟਾ ਤੇਰੇ ਘਰ ਨਹੀਂ ਗੁੱਜਾ ਮੰਮੀ ਆਲੂ ਕੱਟਣ ਦੀ ਉਹ ਉਹਨੂੰ ਚੜ ਗੁੱਸਾ ਗਿਆ ਜਦੋਂ ਬਾਹਰ ਆਇਆ ਨਹੀਂ ਤਾਂ ਕਿਹੜੇ ਵੇਲੇ ਸਬਜ਼ੀ ਤੜਕਾ ਲਾਉਣਾ ਤੇ ਕਿਹੜੇ ਵੇਲੇ ਰੋਟੀਆਂ ਨੂੰ ਪਾ ਲੈਣੀ ਮੈਂ ਕਿਹਾ ਕਾਗੂ ਦੇਣੀ ਦਵੇ ਭੁੱਖਾ ਮੈਨੂੰ ਕਿੱਦਾਂ ਮਾਰਦਾ ਹੋਇਆ ਤਵੇ ਮਾਰੂਗਾ ਹੋਰ ਭੁੱਖਾ ਮਾਰੂਗਾ ਇੱਥੇ ਮਾਰਿਆ ਨੇ ਮੇਰੇ ਇੱਥੇ ਮੁੱਕੇ ਮਾਰੇ ਧੋਣ ਦੇ ਉੱਤੇ ਕੀ ਆਂਦੇ ਹੁੰਦੇ ਆ ਵੀ ਝੋਟੇ ਇੱਕ ਪੀਣ ਨੂੰ ਜੋਣ ਵਾਲਾ ਹਿਸਾਬ ਨਹੀਂ ਤਾਂ ਪਹਿਲਾਂ ਤੂੰ ਸਮਝਾਣਾ ਜੇ ਤੇਰੇ ਕੋਲ ਸਮਝਦੀ ਆ ਤੇ ਮੇਰੇ ਕੋਲ ਨਹੀਂ ਹੋਈ ਸਮਝ ਮੰਮੀ ਮੈਂ ਇਹਨੂੰ ਬਥੇਰਾ ਸਮਝਾਉਣੀ ਤੁਹਾਡੇ ਸਾਹਮਣੇ ਇਹਦਾ ਪਵਾੜਾ ਰੋਜ਼ ਦਾ ਹੀ ਹੈ ਤੇ ਮੁੱਕਦਾ ਹੀ ਨਹੀਂ ਗਾ ਲੜਾਈ ਦਾ ਤੇ ਆ ਕਿ ਮੈਂ ਚਾਂਸ ਹੋ ਚੱਲਿਆ ਨਾ ਇਹਦੇ ਸਮਝਣਾ ਤੇ ਨਾ ਉਹਦੇ ਸਮਝਣਾ ਪਰ ਉਹ ਵੀ ਕੀ ਕਰੇ ਉਹਦਾ ਕੀ ਕਸੂਰ ਵਾ ਉਹਨਾਂ ਦਾ ਕਸੂਰ ਹੀ ਨਹੀਂ ਹੈਗਾ ਤੁਹਾਡਾ ਮੁੰਡਾ ਜੋ ਆਂਦਾ ਹੈ ਕਿ ਮੇਰੇ ਕਸੂਰ ਕੱਢ ਦੇਣਾ ਹੁੰਦਾ ਵਾ ਆ ਵੇਖਿਆ ਆ ਗੱਲਾਂ ਕਰਦੀ ਹੂੰ ਹੱਡੀਆਂ ਜਦੋਂ ਮੈਂ ਆਉਂਦੀ ਹਾਂ ਨਾ ਮੇਰੀਆਂ ਹੱਡੀਆਂ ਇੱਥੇ ਪਾਣ ਆ ਕੇ ਜਾਂਦੀਆਂ ਵਾ ਵਾਲ ਧੋ ਗਿਆ ਮੈਂ ਰੋਟੀਆਂ ਪਕਾਉਣੀ ਆ ਰੋਟੀ ਖਾ ਲੈਣੀ ਆ ਸਿਰ ਤੇ ਧੋਲਾ ਹਾਂ ਦੀਦੀ ਤੁਸੀਂ ਮੈਨੂੰ ਲਿਆ ਲਓ ਰੋਟੀ ਕੋਈ ਮੈਂ ਬਾਅਦ ਚ ਸਿਰ ਧੋ ਲੂੰਗੀ ਚੱਲ ਏਦਾਂ ਗੱਲ ਲੰਮੀ ਪੈ ਜਾ ਫਿਰ ਮੈਂ ਲਿਆਉਣੀ ਕੋਈ ਨੀ ਲਿਆ ਲਓ ਤੁਸੀਂ ਪਕਾ ਕੇ ਲਿਆਉਂਗੀ ਹੁਣ ਠੀਕ ਆ ਕਿੱਡੇ ਕਿੱਡੇ ਦੇ ਭਾਰੇ ਹੱਥਾਂ ਤੇਰੇ ਮੋਹਰੇ ਸੇਕ ਛੱਡੀਆਂ ਮੇਰੇ ਮਾਰ ਮਾਰ ਡੰਡੇ ਪਿੰਨੀਆਂ ਵੀ ਭੰਨਤੀਆਂ